ਹੈਲੋ ਫਰੈਂਡ, ਗੁੱਡ ਮੋਰਨਿੰਗ ਸਾਰਿਆਂ ਨੂੰ। ਆ ਸਾਡੀ ਚਾਹ ਵੀ ਰੇਡੀ ਹੋ ਗਈ ਹੈ ਅਤੇ ਆਰਨਾ ਵੀ ਬਸ ਉੱਠਣ ਵਾਲਾ ਹੈ ਅਤੇ ਅਮਨ ਵੀ ਸਾਡਾ ਰੇਡੀ ਹੋ ਗਿਆ, ਨਾਸ਼ਤਾ ਕਰਦਾ ਪਿਆ ਕਿਉਂਕਿ ਇਹਨੇ ਆਫਿਸ ਜਾਣਾ ਹੁੰਦਾ। ਅਤੇ ਮੰਮਾ, ਤੈਨੂੰ ਸਵੇਰੇ ਸਵੇਰੇ ਕੀ ਕਹਿੰਦੇ ਨੇ? ਹੋਰ ਕੀ ਕਹਿੰਦੇ ਨੇ? ਬਾਬੂ ਮੇਰਾ ਡੋਰ ਜੀ ਬੋਲ, ਆਹ ਦੇਖ ਲਓ ਇਹਦੀਆਂ ਸ਼ਰਾਰਤਾਂ ਸ਼ੁਰੂ ਹੋ ਗਈਆਂ ਅਤੇ ਜੋ ਜੋ ਕਰਦਾ ਪਿਆ ਅਤੇ ਬਹੁਤ ਜ਼ਿਆਦਾ ਨਾਟਕ ਕਰਦਾ ਹੈ ਅਤੇ ਉਸ ਤਰ੍ਹਾਂ ਦੀ ਡਾਂਸ ਸ਼ੁਰੂ ਹੋ ਗਿਆ ਕਿ ਦੱਸ ਲਿਆ ਕਿ ਮੰਮਾ ਕਿ ਮੈਨੂੰ ਸਕੂਲੇ ਇਸ ਤਰ੍ਹਾਂ ਡਾਂਸ ਕਰਵਾਉਂਦੇ ਨੇ ਅਤੇ ਇਹਦੇ ਪਾਪਾ ਵੀ ਰੇਡੀ ਹੋ ਗਏ ਨੇ ਔਫਿਸ ਜਾਣ ਦੇ ਲਈ ਅਤੇ ਇਹਦੇ ਪਾਪਾ ਦੇ ਆਲੇ ਦੁਆਲੇ ਘੁੰਮ ਲਿਆ ਕਿਉਂਕਿ ਇਹਨੇ ਚੀਜ਼ ਲਿਆਉਣੀ ਹੁੰਦੀ ਹੈ ਅਤੇ ਬਾਹਰ ਠੰਡ ਹੈ ਅਤੇ ਠੰਡ ਵਿੱਚ ਵੀ ਨਹੀਂ ਟਿਕਦਾ ਪਿਆ ਅਤੇ ਉਸ ਤੋਂ ਬੰਦੀ ਜੈਮ ਦੀ ਵਾਰੀ ਆ ਗਈ ਅਤੇ ਨਾਲ ਕੋਲਡ ਡਰਿੰਕ ਦੀ ਬੋਤਲ ਰੱਖੀ ਕੋਲ ਅਤੇ ਬਹੁਤ ਤੰਗ ਕਰਦਾ ਅਤੇ ਆਹ ਦੇਖ ਲਓ ਨਕਲੀ ਡਾਂਸ ਕਰਦਾ ਪਿਆ ਕਿਉਂਕਿ ਇਹਨੂੰ ਪਤਾ ਹੁੰਦਾ ਕਿ ਵੀਡੀਓ ਬੰਦ ਵੀ ਅਤੇ ਸਕੂਲ ਜਾਣ ਲਈ ਰੇਡੀ ਹੋ ਗਿਆ ਹੈ ਕਿਉਂਕਿ ਬਾਹਰ ਠੰਡ ਬਹੁਤ ਸੀ ਇਸ ਲਈ ਇਹਨੂੰ। ਉਸ ਤੋਂ ਬਾਅਦ ਅਸੀਂ ਸਿੱਧਾ ਦੀ ਮਾਸੀ ਦੇ ਘਰ ਚਲੇ ਗਏ ਕਿਉਂਕਿ ਇਹ ਸਵੇਰ ਦਾ ਜਿੱਦ ਕਰਦਾ ਵੀ ਸਰਜੂ ਮਾਸੀ ਦੇ ਘਰ ਜਾਣਾ ਅਤੇ ਆਹ ਦੇਖ ਲਓ ਲੜਦੇ ਪਏ ਹੈ ਅਤੇ ਇੱਕ ਦੂਜੇ ਦੇ ਕੋਲ ਪੈਕਟ ਖਿੱਚਦੇ ਅਤੇ ਉਸ ਤੋਂ ਮੈਗੀ ਖਾਣ ਲੱਗ ਪਿਆ ਅਤੇ ਨਾਲ ਕਹਿ ਰਿਹਾ ਕਿ ਮੈਗੀ ਮੰਮਾ ਬਹੁਤ ਟੇਸਟੀ ਬਣੀ ਹੈ ਅਤੇ ਉਸ ਤੋਂ ਫਿਰ ਸ਼ਰਾਰਤਾਂ ਸ਼ੁਰੂ ਹੋ ਗਈਆਂ ਅਤੇ ਕਦੀ ਸਾਈਕਲ ਬਾਹਰ ਲੈ ਕੇ ਜਾਂਦਾ ਸੀ ਅਤੇ ਕਦੀ ਅੰਦਰ ਲੈ ਕੇ ਜਾਂਦਾ। ਤੁਹਾਨੂੰ ਪਤਾ ਹੀ ਹੈ ਬੱਚੇ ਜਦੋਂ ਕਿਸੇ ਦੇ ਘਰ ਆਏ ਤਾਂ ਬੜਾ ਤੰਗ ਕਰਦੇ ਨੇ ਅਤੇ ਲੜਦੇ ਵੀ ਬਹੁਤ ਜ਼ਿਆਦਾ ਨੇ ਅਤੇ ਉਸ ਤੋਂ ਬਾਅਦ ਸਕੂਬੀ ਚਲਾਉਣ ਲੱਗ ਗਿਆ ਬੱਚਿਆਂ ਦੇ ਪਿੱਛੇ ਬੈਠ ਕੇ ਅਤੇ ਇੱਕ ਦੂਜੇ ਨੂੰ ਗੰਨ ਦੇ ਨਾਲ ਖੇਡਦੇ ਪਏ ਹੈ। ਬਹੁਤ ਜ਼ਿਆਦਾ ਤੰਗ ਕਰਦੇ ਆ ਜਦੋਂ ਬੱਚੇ ਰਲੇ ਹੋਣ ਅਤੇ ਆ। ਉਸ ਤੋਂ ਬਾਅਦ ਇਹਦੀ ਮਾਸੀ ਚਾਹ ਬਣਾ ਕੇ ਲੈ ਆਈ ਕਿਉਂਕਿ ਸਾਸਰੀ ਨੇ ਟਿਊਸ਼ਨ ਜਾਣਾ ਸੀ ਅਤੇ ਯਾਰ ਨੂੰ ਵੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਅਤੇ ਵਿੱਚ ਬਿਸਕੁਟ ਨਾਲ ਚਾਹ ਪੀਣ ਲੱਗ ਪਿਆ ਅਤੇ ਨਾਲ ਕਹਿ ਰਿਹਾ ਮੰਮਾ ਚਾਹ ਬਹੁਤ ਟੇਸਟੀ ਬਣੀ ਹੈ। ਅਤੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਅਤੇ ਇਹਦੇ ਪਾਪਾ ਵੀ ਪਹਿਲਾਂ ਆ ਚੁੱਕੇ ਹੋਏ ਸੀ ਅਤੇ ਉਹ ਦੇਖ ਲਓ ਆਉਂਦਿਆਂ ਸੇਰੀ ਸ਼ਰਾਰਤਾਂ ਸ਼ੁਰੂ ਹੋ ਗਿਆ ਅਤੇ ਆਰਨਮ ਨੂੰ ਪੂਰਾ ਕਲਪਾ ਦਿੰਦੇ ਨੇ ਪਾਲੀਆਂ। ਸਾਡੀ ਰੋਟੀ ਵੀ ਤਿਆਰ ਹੋ ਗਈ ਰਾਤ ਦੀ ਅਤੇ ਅਮਨ ਨੂੰ ਭੁੱਖ ਲੱਗੀ ਹੋਈ ਸੀ ਕਿਉਂਕਿ ਇਹਨੇ ਸਵੇਰ ਦਾ ਨਾਸ਼ਤਾ ਕੀਤਾ ਹੁੰਦਾ ਹੈ। Good night. Good night. Sweet dreams. Sweet dreams. Take care. Take care. Bye bye saryan nu. Bye bye saryan. Kas video like kar dena. Video like kar dena. Aise kar de aise. ਚਾ ਕਹਿ ਦੇ ਹੁਣ ਉੱਥੇ ਕਹਿ ਸਾਰੇ ਦੁੱਧ ਤੂੰ ਵਿਖਾ ਦੇ ਨਾ ਕਿ ਮੈਂ ਦੁੱਧ ਪੀ ਲਿਆ ਆ। ਅਰੇ ਮੈਂ ਦੁੱਧ ਪੀਆ। ਤੁਸੀਂ ਵੀ ਪੀਆ ਕਰੋ ਦੁੱਧ। ਤੁਸੀਂ ਦੁੱਧ ਪੀਆ ਜਾਓ। ਕਿ ਮੰਮਾ ਦੁੱਧ ਨਹੀਂ ਪੀਂਦੇ। ਛੇਤੀ ਵੱਡੇ ਹੋ ਜਾਓਗੇ। ਛੇਤੀ ਵੱਡੇ ਹੋ ਜਾਓਗੇ। ਐਸੇ ਕਰਦੇ। ਮੰਮਾ ਦਾ ਦੁੱਧ। ਕੀ ਮੰਮਾ ਦਾ? ਮੰਮਾ ਦਾ ਦੁੱਧ ਨਹੀਂ ਪੀਂਦਾ। ਫਿਰ ਉਹ ਤਾਂ ਮੰਮਾ ਵਾਲੀ ਦੀ